ਨਕੋਦਰ ਵਿਖੇ ਬੀਤੀ ਦੇਰ ਰਾਤ ਫਾਸਟ ਫੂਡ ਦੀ ਇੱਕ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ। ਦੁਕਾਨ ਮਾਲਕ ਕਾਲੀਕਾਂਤ ਨੇ ਦੱਸਿਆ ਕਿ ਦੁਕਾਨ ਨੂੰ ਲੱਗੀ ਅੱਗ ਵਿੱਚ ਉਹਨਾਂ ਦੀ ਦੁਕਾਨ ਅੰਦਰ ਪਿਆ ਕਾਫੀ ਸਮਾਨ ਸੜ ਗਿਆ, ਜਿਸ ਕਾਰਨ ਉਸਦਾ ਤਕਰੀਬਨ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਕਾਲੀਕਾਂਤ ਚੌਧਰੀ, ਰਾਤ ਕੋ 12 ਵਜੇ ਅੱਗ ਲੱਗੀ, ਚੌਕੀਦਾਰ ਫੋਨ ਕੀਆ ਤੋ ਹਮਨੇ ਆਏ ਯਹਾਂ ਪੇ, ਫਿਰ ਫਾਇਰ ਵਾਲੇ ਕੋ ਵੀ ਫੋਨ ਕੇ, ਫਿਰ SHO ਸਾਹਿਬ ਵੀ ਆਏ, ਮੁਲਾਜ਼ਮ ਵੀ ਸਾਰੇ ਆਏ, 7-8 ਜਣੇ ਆਏ, ਫਿਰ ਆਗ ਬੁਟਾਏ, ਫਿਰ ਦੇਖੇ ਤੋ ਉੱਪਰ ਸੀਲਿੰਗ ਸੇ ਸਾਰਾ ਆਗ ਲੱਗ ਗਿਆ, ਬਿਜਲੀ ਸ਼ਾਰਟ ਹੋ ਗਿਆ, ਉਸੇ ਆਗ ਲੱਗ ਗਿਆ, ਮਸੀਨ ਮੇਰਾ ਇਹ ਸਾਰੇ ਜਲ ਗਿਆ, ਸੀਲਿੰਗ ਸਾਰੇ ਖਰਾਬ ਹੋ ਗਿਆ, ਕੈਮਰਾ ਜਲ ਗਿਆ, ਲਾਈਟ ਸਾਰਾ ਜਲ ਗਿਆ, ਫਿਰ ਉੱਧਰ ਇੱਕ ਮਸੀਨ ਤਾਂ ਉਹ ਵੀ ਜਲ ਗਿਆ, ਵੱਡੀ ਮਸੀਨ ਵੀ ਜਲ ਗਿਆ, ਤੀਜਾ ਮਸੀਨ ਵੀ ਜਲ ਗਿਆ, ਬਿਜਲੀ ਸੇ ਜਲ ਗਿਆ, ਉੱਪਰ ਸੀਲਿੰਗ ਸੇ ਪਟਾਕੇ ਬਚ ਗਏ। 3 ਸਾਲ ਹੋ ਗਿਆ, ਕਭੀ ਪਟਾਕੇ ਵੀ ਨਹੀਂ ਵਜਾ ਇਸ ਦੁਕਾਨ ਮੇ ਮਾੜਾ ਸਾਹਿਬ, ਪਹਿਲੀ ਵਾਰ ਪਟਾਕੇ ਵਜੇ ਤੇ ਜਲ ਗਏ, ਨੁਕਸਾਨ 5-6 ਲੱਖ ਦੇ ਅੰਦਰ।